ਅੱਗੇ ਆਪਾਂ ਡਿਸਕਸ ਕਰਦੇ ਹਾਂ ਕੇਨਜ਼ੀਅਨ ਕਨਸੈਪਟ ਆਫ ਐਗਰੀਗੇਟ ਸਪਲਾਈ। ਠੀਕ ਹੈ, ਐਗਰੀਗੇਟ ਸਪਲਾਈ ਬਾਰੇ ਕੇਨਜ਼ੀਅਨ ਕੀ ਕਹਿੰਦਾ ਵਾ ਅਤੇ ਇਹਦਾ ਕਨਸੈਪਟ ਕੀ ਆ। ਦ ਕੇਨਜ਼ੀਅਨ ਇਕਨੋਮਿਕਸ ਡੂ ਨਾਟ ਅਜ਼ਿਊਮ ਫੁੱਲ ਇੰਪਲਾਈਮੈਂਟ ਆ ਜਨਰਲ ਫੀਚਰ ਆਫ ਫਰੀ ਮਾਰਕੀਟ ਇਕੋਨਮੀ। ਠੀਕ ਹੈ, ਆਪਾਂ ਨੂੰ ਪਤਾ ਵੀ ਇੱਕ ਕਲਾਸੀਕਲ ਇਕਨੋਮਿਕਸ ਸੀਗੇ ਅਤੇ ਇੱਕ ਕੇਨਜ਼ੀਅਨ ਸੀਗੇ। ਠੀਕ ਹੈ, ਕਲਾਸੀਕਲ ਤੋਂ ਉਲਟ, ਬਿਲਕੁਲ ਉਲਟ ਜਿਹੜੇ ਕੇਨਜ਼ੀਅਨ ਚੱਲਦੇ ਸੀ। ਆਪਾਂ ਪਹਿਲਾਂ ਹੀ ਪੜ੍ਹਿਆ ਵੀ ਐਗਰੀਗੇਟ ਸਪਲਾਈ ਦੇ ਵਿੱਚ ਕਲਾਸੀਕਲ ਕੀ ਕਹਿੰਦੇ ਸੀ, ਵੀ ਜਿਹੜੀ ਫਰੀ ਮਾਰਕੀਟ ਆ ਉਹਦੇ ਵਿੱਚ ਆ ਜਿਹੜੀ ਫੁੱਲ ਇੰਪਲਾਈਮੈਂਟ ਪਾਈ ਜਾਂਦੀ ਆ। ਪਰ ਕੇਨਜ਼ੀਅਨ ਕੀ ਕਹਿੰਦੇ ਆ, ਇਹ ਨਹੀਂ ਇੰਜ਼ਿਊਮ ਕਰਦੇ, ਡਜ਼ ਨਾਟ ਅਜ਼ਿਊਮ, ਮਤਲਬ ਇਹ ਅਜ਼ਿਊਮ ਨਹੀਂ ਕਰਦੇ ਵੀ ਮਾਰਕੀਟ ਦੇ ਵਿੱਚ ਜਿਹੜੀ ਫੁੱਲ ਇੰਪਲਾਈਮੈਂਟ ਆ। ਆਪਾਂ ਨੂੰ ਵੀ ਪਤਾ ਵੀ ਆਪਣੀ ਇਕੋਨਮੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੇ ਰਿਸੋਰਸਿਸ ਹੋ ਜਾਂਦੇ ਆ ਜਾਂ ਫਿਰ ਕੋਈ ਵਿਅਕਤੀ ਹੁੰਦੀ ਆ ਜਿਹੜੇ ਕਿ ਅਨਇੰਪਲਾਈਮੈਂਟ ਅਨਇੰਪਲਾਈਡ ਰਹਿ ਜਾਂਦੇ ਆ, ਮਤਲਬ ਉਹਨਾਂ ਨੂੰ ਕੰਮ ਨਹੀਂ ਮਿਲਦਾ। ਤਾਂ ਕਰਕੇ ਕੀ ਆ, ਅਕੋਰਡਿੰਗ ਟੂ ਦੈਮ ਅਨਇੰਪਲਾਈਮੈਂਟ ਇਜ਼ ਪੋਸੀਬਲ ਇਨ ਦਾ ਫਰੀ ਇਕੋਨਮੀ। ਕਹਿੰਦੇ ਆਪਣੀ ਇਕੋਨਮੀ ਦੇ ਵਿੱਚ ਕੀ ਆ, ਅਨਇੰਪਲਾਈਮੈਂਟ ਪੋਸੀਬਲ ਆ, ਸੰਭਵ ਆ, ਇਹ ਪਾਈ ਜਾਂਦੀ ਆ। ਦੇਖੋ ਕਲਾਸੀਕਲ ਇਕਨੋਮਿਕਸ ਅਤੇ ਦੂਜੇ ਪਾਸੇ ਕੀ ਆ, ਇੱਕ ਕੇਨਜ਼ੀਅਨ ਇਕਨੋਮਿਕਸ। ਕਲਾਸੀਕਲ ਕੀ ਮੰਨਦੇ ਸੀ, ਫੁੱਲ ਇੰਪਲਾਈਮੈਂਟ ਆ, ਤਾਂ ਹੀ ਕਰਕੇ ਜਿਹੜੀ ਏ ਐੱਸ ਆ ਉਹ ਇੱਕ ਤਰ੍ਹਾਂ ਦੀ ਵਰਟੀਕਲ ਲਾਈਨ ਆ, ਮਤਲਬ ਇਹਦੇ ਤੋਂ ਵੱਧ ਕੀ ਆ, ਪ੍ਰੋਡਕਸ਼ਨ ਨਹੀਂ ਕੀਤੀ ਜਾ ਸਕਦੀ। ਹੁਣ ਇਹ ਕੀ ਕਹਿੰਦੇ ਆ ਵੀ ਫੁੱਲ ਇੰਪਲਾਈਮੈਂਟ ਨਹੀਂ। ਠੀਕ ਹੈ, ਹੁਣ ਆਪਾਂ ਇਹਦੀ ਡਾਇਗਰਾਮ ਨੂੰ ਅੱਗੇ ਦੇਖਦੇ ਹਾਂ ਕੀ ਕਹਿੰਦੇ ਆ ਇਹ। ਇਹਦੇ ਵਿੱਚ ਦੇਖੋ ਇਹਦੀ ਡਾਇਗਰਾਮ ਨੂੰ ਦੋ ਸੈਗਮੈਂਟ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਸੈਗਮੈਂਟ ਫਸਟ ਅਤੇ ਸੈਗਮੈਂਟ ਸੈਕਿੰਡ। ਇਹਦੇ ਵਿੱਚ ਪਹਿਲਾ ਸੈਗਮੈਂਟ ਜਦੋਂ ਕੀ ਕਹਿੰਦੇ ਆ, ਕੇਨਜ਼ੀਅਨ ਕੀ ਕਹਿੰਦੇ ਸੀ ਵੀ ਅਨਇੰਪਲਾਈਮੈਂਟ ਆ ਜਾਂਦੀ ਆ, ਮਤਲਬ ਅਨਇੰਪਲਾਈਮੈਂਟ ਹੁੰਦੀ ਆ, ਆਪਾਂ ਫੁੱਲ ਇੰਪਲਾਈਮੈਂਟ ਤੋਂ ਪਹਿਲਾਂ ਦੀ ਗੱਲ ਕਰਨੀ ਆ, ਅਤੇ ਜਦੋਂ ਆਪਣੀ ਫੁੱਲ ਇੰਪਲਾਈਮੈਂਟ ਆ ਜਾਂਦੀ ਆ। ਠੀਕ ਹੈ, ਇੱਕ ਟਾਈਮ ਆਉਂਦਾ ਜਦੋਂ ਸਾਰੇ ਕੀ ਆ ਸਾਧਨ ਕੰਮ 'ਤੇ ਨਹੀਂ ਲੱਗੇ ਹੁੰਦੇ, ਉਹਦੇ ਵਿੱਚ ਅਨਇੰਪਲਾਈਮੈਂਟ ਪਾਈ ਜਾਂਦੀ ਆ। ਠੀਕ ਹੈ, ਦੂਜਾ ਸੈਗਮੈਂਟ ਕੀ ਆ, ਜਦੋਂ ਸਾਰਿਆਂ ਨੂੰ ਕੰਮ ਮਿਲ ਜਾਂਦਾ। ਠੀਕ ਹੈ, ਆਪਾਂ ਫਸਟ ਸੈਗਮੈਂਟ 'ਚ ਕੀ ਪੜ੍ਹਦੇ ਹਾਂ, ਪਹਿਲਾਂ ਆਪਾਂ ਕੀ ਕਰਦੇ ਹਾਂ ਵੀ ਇਹਦੇ ਤੋਂ ਪਤਾ ਲੱਗਦਾ ਵੀ ਜਿਹੜੀ ਕੇਨਜ਼ੀਅਨ ਹੈ, ਕੇਨਜ਼ੀਅਨ ਐਗਰੀਗੇਟ ਸਪਲਾਈ ਆ, ਉਹ ਬੈਕਵਰਡ ਐਲ ਸ਼ੇਪਡ ਆ, ਮਤਲਬ ਬੈਕਵਰਡ ਐਲ ਸ਼ੇਪਡ ਬਣੀ ਹੋਈ ਆ ਅਤੇ ਬੈਕਵਰਡ ਆ, ਪਿੱਛੇ ਨੂੰ ਜਾ ਰਹੀ ਆ। ਠੀਕ ਹੈ, ਹੁਣ ਦੇਖਦੇ ਹਾਂ ਪਹਿਲਾਂ ਆਪਾਂ ਇਹਦੇ ਵਿੱਚ ਪਹਿਲਾਂ ਪ੍ਰਾਈਜ਼ ਲੈਵਲ ਇਧਰਲੀ ਸਾਈਡ 'ਤੇ ਲੈਣਾ ਅਤੇ ਨੈਸ਼ਨਲ ਇਨਕਮ ਇਧਰਲੀ ਸਾਈਡ 'ਤੇ ਲੈਣਾ। ਇਹ ਸਿਰਫ ਸਮਝਣ ਦੇ ਲਈ ਬਣਾਈ ਗਈ ਹੈ ਡਾਇਗਰਾਮ। ਦੇਖੋ ਕਹਿੰਦੇ ਪੁਆਇੰਟ ਬੀ ਏ, ਬੀ ਇੱਥੇ ਆ ਅਤੇ ਏ ਇੱਥੇ ਆ। ਠੀਕ ਹੈ, ਇੱਥੇ ਕੀ ਹੁੰਦਾ, ਪ੍ਰਾਈਜ਼ ਸਟੇਬਲ ਆ। ਸਟੇਬਲ ਮਤਲਬ ਪ੍ਰਾਈਜ਼ ਦੇ ਵਿੱਚ ਜਿਹੜਾ ਕੋਈ ਵੀ ਚੇਂਜ ਹੈਗਾ ਨਹੀਂ ਆਉਂਦਾ। ਦੇਖੋ ਪ੍ਰਾਈਜ਼ ਕੀ ਆ, ਓ ਅਤੇ ਬੀ, ਇਹ ਇੱਕ ਥਾਂ 'ਤੇ ਖੜਾ, ਪ੍ਰਾਈਜ਼ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ। ਆਪਾਂ ਦੇਖਣਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਠੀਕ ਹੈ, ਏ ਅਤੇ ਬੀ ਤੋਂ ਲੈ ਕੇ ਏ ਤੱਕ। ਇਹਦੇ ਵਿੱਚ ਕੀ ਆ, ਜਿਹੜੀ ਇਕੋਨਮੀ ਆ ਉਹਦੇ ਵਿੱਚ ਅਨਇੰਪਲਾਈਮੈਂਟ ਪਾਈ ਜਾਂਦੀ ਆ, ਸਾਰੇ ਸਾਧਨਾਂ ਨੂੰ ਕੰਮ ਨਹੀਂ ਮਿਲਿਆ, ਕੋਈ ਜਿਹੜੇ ਲੋਕ ਆ ਉਹ ਕੁਝ ਕੁ ਲੋਕ ਆ ਜਿਹੜੇ ਉਹ ਵਿਹਲੇ ਆ। ਠੀਕ ਹੈ, ਇਹਦੇ ਵਿੱਚ ਪਹਿਲਾਂ ਕੀ ਆ, ਪ੍ਰਾਈਜ਼ ਸਟੇਬਲ ਆ। ਠੀਕ ਹੈ, ਇਹਦੇ ਵਿੱਚ ਜਦੋਂ ਕੀ ਕਹਿੰਦੇ ਆ, ਏਡੀ ਦੇ ਵਿੱਚ ਚੇਂਜ ਆਉਂਦਾ, ਕੋਈ ਵੀ ਜਿਹੜੀ ਡਿਮਾਂਡ ਆ ਐਗਰੀਕਲਚਰ ਡਿਮਾਂਡ ਆ ਉਹਦੇ ਵਿੱਚ ਚੇਂਜ ਆਉਂਦਾ, ਤਾਂ ਚੇਂਜ ਸਿਰਫ ਕਿਹਦੇ ਵਿੱਚ ਆਊਗਾ, ਆਊਟਪੁੱਟ ਵਿੱਚ ਆਊਗਾ, ਆਊਟਪੁੱਟ ਵੱਧ ਜਾਂ ਘੱਟ ਸਕਦੀ ਹੈ। ਠੀਕ ਹੈ, ਆਊਟਪੁੱਟ ਇਧਰਲੀ ਸਾਈਡ 'ਤੇ ਲਈ ਹੋਈ ਆ। ਦੇਖੋ ਕੀ ਕਹਿੰਦੇ, ਜੇ ਐਗਰੀਕਲਚਰ ਡਿਮਾਂਡ ਵੱਧ ਜੂਗੀ ਤਾਂ ਆਊਟਪੁੱਟ ਵੀ ਆਪਾਂ ਵਧਾ ਸਕਦੇ ਹਾਂ। ਠੀਕ ਹੈ, ਜੇ ਐਗਰੀਕਲਚਰ ਡਿਮਾਂਡ ਆ ਜਿਹੜੀ ਘੱਟ ਜੂਗੀ ਤਾਂ ਆਪਾਂ ਜਿਹੜੀ ਆਊਟਪੁੱਟ ਆ ਉਹਨੂੰ ਘਟਾ ਸਕਦੇ ਹਾਂ। ਇਹ ਕਿਹਦਾ ਪੁਆਇੰਟ ਸੀਗਾ, ਸੈਗਮੈਂਟ 1 ਦਾ, ਜਦੋਂ ਕੀ ਆ ਫੁੱਲ ਇੰਪਲਾਈਮੈਂਟ ਨਹੀਂ ਹੁੰਦੀ, ਅਨਇੰਪਲਾਈਮੈਂਟ ਹੁੰਦੀ ਆ। ਫਿਰ ਇੱਕ ਪੁਆਇੰਟ ਆਉਂਦਾ ਏ ਪੁਆਇੰਟ, ਉਦੋਂ ਬਾਅਦ ਕੀ ਆ ਸਾਰੇ ਸਾਧਨਾਂ ਨੂੰ ਕੰਮ ਮਿਲ ਜਾਂਦਾ ਅਤੇ ਇਕੋਨਮੀ ਦੇ ਵਿੱਚ ਫੁੱਲ ਇੰਪਲਾਈਮੈਂਟ ਆ ਜਾਂਦੀ ਆ। ਠੀਕ ਹੈ, ਇਸ ਤੋਂ ਬਾਅਦ ਕੀ ਕਹਿੰਦੇ ਆ, ਜਦੋਂ ਏ ਸੀ ਪੁਆਇੰਟ, ਜਦੋਂ ਏ ਪੁਆਇੰਟ ਅਤੇ ਇੱਥੇ ਸੀ ਪੁਆਇੰਟ ਲਿਆ ਗਿਆ। ਠੀਕ ਹੈ, ਇਹਦੇ ਵਿੱਚ ਕੀ ਆ, ਫੁੱਲ ਇੰਪਲਾਈਮੈਂਟ ਆ ਜਾਂਦੀ। ਇਹਦੇ ਵਿੱਚ ਕੀ ਹੋਊਗਾ, ਜਦੋਂ ਐਗਰੀਗੇਟ ਡਿਮਾਂਡ ਆ ਜਿਹੜੀ ਉਹ ਵੱਧ ਜੂਗੀ ਤਾਂ ਪ੍ਰਾਈਜ਼ ਵੀ ਵੱਧ ਜੂ। ਠੀਕ ਹੈ, ਐਗਰੀਗੇਟ ਡਿਮਾਂਡ ਵਧਣ ਦੇ ਨਾਲ ਪ੍ਰਾਈਜ਼ ਵੀ ਵੱਧ ਜਾਂ ਘੱਟ ਸਕਦੀ ਆ। ਠੀਕ ਹੈ, ਇਸ ਤੋਂ ਬਾਅਦ ਕੀ ਆ, ਪ੍ਰਾਈਜ਼ ਦੇ ਵਿੱਚ ਚੇਂਜ ਆ ਸਕਦਾ। ਪਹਿਲਾਂ ਕੀ ਸੀਗਾ, ਪੁਆਇੰਟ ਜਿਹੜਾ ਬੀ ਤੋਂ ਏ ਆ ਇਹਦੇ ਵਿੱਚ ਜਿਹੜੇ ਪ੍ਰਾਈਜ਼ ਸੀ ਉਹ ਸਟੇਬਲ ਰਹਿੰਦੇ ਆ। ਠੀਕ ਹੈ, ਆਫਟਰ ਦੈਟ ਕੀ ਹੁੰਦਾ, ਜਿਹੜਾ ਏ ਸੀ ਆ ਉਹਦੇ ਵਿੱਚ ਕੀ ਆ ਜਿਹੜੇ ਉਹ ਪ੍ਰਾਈਜ਼ ਆ ਉਹ ਚੇਂਜ ਹੋਣ ਲੱਗ ਜਾਂਦੇ ਆ ਏ ਡੀ ਦੇ ਨਾਲ। ਠੀਕ ਹੈ, ਹੁਣ ਦੇਖੋ ਜਿਹੜੀ ਡਿਮਾਂਡ ਦੇ ਵਧਣ ਦੇ ਨਾਲ ਪ੍ਰਾਈਜ਼ ਕਿਵੇਂ ਚੇਂਜ ਹੁੰਦੇ ਆ,
जो फुल इंप्लायमेंट आ जाती है। आपां नूं पता फुल इंप्लायमेंट विच सारे साधन जिहड़े प्रोडक्शन दे विच लगे हुए है, उदों अगे प्रोडक्शन नहीं हो सकती। हुण अपनी डिमांड वधी जाती है, प्रोडक्शन वधदी नहीं पई, ठीक है, डिमांड वधी जा रही है, ठीक है, जिहड़ी आउटपुट आ जिहड़ी प्रोडक्शन आ उह नहीं वध रही। तां की होगा, लोक आ जिहड़ी उह चीज़ां जिहड़े प्रोड्यूसर आ उह की है प्राइज़ वधा देणगे, क्योंकि जदों प्राइज़ नूं वधा दित्ता जाऊगा तां लोक आपे ही अपनी डिमांड नूं घट कर देंगे, ठीक है। जदों आपां नूं पता किसी चीज़ की कमी आ, घट जिहड़ी उहदी प्रोडक्शन हो रही है, ठीक है, वह घट टाइम दे विच घट क्वांटिटी दे विच बन रही है, ठीक है, तां आपां की करांगे भी उहदे प्राइज़ वधा देंगे प्रोड्यूसर, ठीक है, तां कि लोगों की डिमांड है जिहड़ी उह सप्लाई दे बराबर आ जाए। इस तों अगे देखते हैं आपां भी केन्जियन की जिहड़ी एग्रीकेट सप्लाई कर वा उह इदां ही क्यों आ, क्योंकि पहला की है ये जी ए एस आ जी सप्लाई कर्व होगी, पहला जो अनइंप्लायमेंट पाई जाती है उदों यह स्ट्रेट लाइन होगी जो 45 डिग्री पर होंगी है, ठीक है। उदो बाद की है ये अपवर्ड फ्रॉम लैफ्ट टू राइट, जो 45 डिग्री का एंगल बना रही है वह की है लैफ्ट टू राइट अपवर्ड जा रहा है, ठीक है। ये की गल आ, पहला जो अनइंप्लायमेंट होंगी इकोनमी, फिर एक केंद्र एक योजा पॉइंट आ जाता जो सारिया इंप्लायमेंट मिल जाती है, सारे काम मिल जाता उदों की होंगे, उदों बाद की आ केंद्र जो सप्लाई वादी है तो फिर जी इनकम आनकम तो इंप्लायमेंट भी वाधा किया जाता है। देखो केंद्र पहला इन्होंने सिर्फ इतों तिकर पॉइंट की गल की है, केंद्र जिमें जिमें हम अपनी जी इनकम आधी जाऊगी, ठीक है, उदा ही की आ जी अपनी आउटपुट आ वह वधी जाऊगी, इंप्लायमेंट वधी जाऊगी, ठीक है। कहिंदे एट पॉइंट ए, इदों बाद पॉइंट ए ते आ जाने हैं, ठीक है, उदों की है उदों बाद की है जी सप्लाई कॉन्सटेंट हो जूगी क्लासीकल की तरह, क्योंकि इदों बाद फुल इंप्लायमेंट हो जाती है, नवें की प्रोडक्शन नहीं की जाती, नवे जी गुड्स आ सर्विस प्रोड्यूस नहीं की जा सकदियां, तां करके सिर्फ जिहड़ा प्राइज ही वधूगा जां घटूगा, तो जी आह पर जी आउटपुट आज कोई भी चेंज नहीं आऊगा, ठीक है। सो आप देख सकते हैं कि अपनी बुक के दो डायग्राम्स बनाई गई आ, सिर्फ समझने लिए दी हुई है तुहानू, ते आपां जदों बनाउणी आ भी केन्जियन की जी एग्रीकेट सप्लाई है वह किदां दी हुंदी है, उन्हां दी कर्व किदां दी आ, तां वह इदां ही बननी है, ठीक है। उहदा रीजन की आ, मतलब पहला की आ अनइंप्लायमेंट हुंदी आ, ते एक पॉइंट तो बाद जी फुल इंप्लायमेंट पैदा हो जाती है, ठीक है। आई होप कि तुहानू यह टॉपिक समझ आ गया होगा, जे कोई कोई भी प्रॉब्लम आ किसी भी तो मैं कोई पूछ सकते हो, ठीक है, थैंक यू।